ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਨਾ ਦੇਖੋ, ਜਦੋਂ ਅਸੀਂ ਰਾਤੀ ਸੋਚਦੇ ਹਾਂ ਨਾ ਕਿ ਕੀ ਬਣਾਈਏ ਕੀ ਬਣਾਈਏ, ਤਾਂ ਸਭ ਤੋਂ ਔਖਾ ਟਾਸਕ ਹੁੰਦਾ ਹੈ ਕਿ ਸਬਜ਼ੀ ਕੀ ਬਣੇ। ਅਤੇ ਅਸੀਂ ਫਿਰ ਕੀ ਕੀਤਾ, ਚੈੱਕ ਕੀਤਾ ਕਿ ਕੁਛ ਹੈਗੀ ਸਬਜ਼ੀ ਵਗੈਰਾ, ਕਿਉਂਕਿ ਅੱਜ ਕੱਲ੍ਹ ਸਬਜ਼ੀਆਂ ਤੁਹਾਨੂੰ ਪਤਾ ਹੈ ਬਾਹਰ ਮਤਲਬ ਲੈਣ ਵਾਲੇ ਜਾਂ ਆਉਣ ਵਾਲੇ ਬਹੁਤ ਹੀ ਮੁਸ਼ਕਲ ਹੁੰਦੀ ਹੈ। ਅਤੇ ਫਿਰ ਦੇਖਿਆ ਸਾਡੇ ਕੋਲ ਨਾ ਇਹ ਪਰਵਲ ਨਿਕਲੇ, ਠੀਕ ਹੈ, ਪਰਵਲ ਅਤੇ ਇਹ ਆਲੂ ਹੈ। ਵੈਸੇ ਅਸੀਂ ਵੀ ਪਹਿਲੀ ਵਾਰੀ ਸਬਜ਼ੀ ਬਣਾ ਰਹੇ ਹਾਂ, ਪਰ ਸੁਣਿਆ ਹੈ ਕਿ ਇਹ ਬੜੀ ਸਵਾਦ ਬਣਦੀ ਔਰ ਬੜੀ ਨਿਊਟ੍ਰੀਸ਼ੀਅਸ ਹੁੰਦੀ ਹੈ। ਵੈਸੇ ਵੀ ਗ੍ਰੀਨ ਵੈਜੀਟੇਬਲਸ ਹੈ ਨਾ। ਅਤੇ ਹੁਣ ਅਸੀਂ ਨਾਲ ਨਾਲ ਦੇਖੋ, ਮੈਂ ਇਹ ਪਰਵਲ ਨੇ, ਦੈਨ ਇਹ ਆਲੂ ਹੈ, ਟਮਾਟਰ ਹੈ, ਅਤੇ ਪਿਆਜ਼ ਹੈ, ਹਰੀ ਮਿਰਚ ਹੈ, ਅਤੇ ਕੜੀ ਪੱਤਾ ਹੈ, ਠੀਕ ਹੈ। ਇਹਨਾਂ ਨੂੰ ਮੈਂ ਕੱਟ ਕੇ ਤੁਹਾਨੂੰ ਫਿਰ ਆਉਂਦੇ ਤੁਹਾਡੇ ਕੋਲ। ਅਸੀਂ ਇਹਦੇ ਛਿੜਕਾ ਉਤਾਰਤਾ ਹੈ, ਠੀਕ ਹੈ, ਫਿਰ ਇਹਨੂੰ ਅੱਛੀ ਤਰ੍ਹਾਂ ਵਾਸ਼ ਕਰ ਲਿਆ, ਉਹਦੇ ਆਸੇ ਪਾਸੇ ਵੀ ਜਿਹੜੇ ਹੁੰਦਾ ਨਾ ਉਹ ਵੀ ਕੱਟਤਾ ਵਾ, ਅਤੇ ਆਲੂ ਵੀ ਛਿੱਲੇ, ਉਹ ਵੀ ਪਾਣੀ 'ਚ ਭਿਓ ਕੇ ਰੱਖੇ ਨੇ, ਤੁਹਾਨੂੰ ਪਤਾ ਨਾ ਇਹਦਾ ਸਟਾਰਚ ਹੁੰਦਾ ਹੈ। ਅਤੇ ਅਸੀਂ ਟਮਾਟਰ ਵਗੈਰਾ ਔਲਰੇਡੀ ਛਿੱਲੇ ਹੋਏ ਸੀ। ਲਓ ਜੀ ਦੇਖੋ, ਅਸੀਂ ਆਲੂ ਕੱਟ ਲਏ ਨੇ, ਨਾਲ ਇਹਨਾਂ ਨੂੰ ਪਾਣੀ 'ਚ ਪਾਤੇ ਆ, ਪਿਆਜ਼ ਵੀ ਕੱਟ ਲਏ ਲੰਮੇ ਲੰਮੇ, ਟਮਾਟਰ ਵੀ, ਅਤੇ ਹਰੀ ਮਿਰਚ ਵੀ, ਅਤੇ ਪਰਵਲ ਵੀ, ਅਤੇ ਇਹ ਸਾਡੇ ਕੋਲ ਕਰੀ ਪੱਤਾ ਹੈ, ਠੀਕ ਹੈ ਜੀ। ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਲਓ ਜੀ ਦੇਖੋ, ਇਹ ਪਰਵਲ ਨੂੰ ਕੱਟ ਲਿਆ ਹੈ ਨਾ। ਹੁਣ ਇਹਨੂੰ ਥੋੜ੍ਹਾ ਜਿਹਾ ਅਸੀਂ ਕੀ ਕਰਾਂਗੇ, ਥੋੜ੍ਹਾ ਜਿਹਾ ਮੇਰੇ ਵਿੱਚ ਬੇਸਣ ਮਿਕਸ ਕਰਾਂਗੇ, ਠੀਕ ਹੈ ਜੀ। ਥੋੜ੍ਹਾ ਜਿਹਾ ਨਮਕ, ਥੋੜ੍ਹੀ ਜਿਹੀ ਹਲਦੀ। ਹੁਣ ਇਹਨਾਂ ਨੂੰ ਅਸੀਂ ਮਿਕਸ ਕਰਾਂਗੇ। ਲੋ ਜੀ ਦੇਖੋ, ਮੈਂ ਇਹਨੂੰ ਮਿਕਸ ਕਰਤਾ ਵਾ, ਇਹਨੂੰ ਥੋੜ੍ਹਾ ਚਿਰ ਪਿਆ ਰਹਾਂਗੇ, ਤਦ ਤੱਕ ਅਸੀਂ ਓਇਲ ਗਰਮ ਕਰ ਲੈਂਦੇ ਹਾਂ। ਇਹ ਕੜਾਹੀ ਰੱਖਤੀ ਹੈ, ਹੁਣ ਅਸੀਂ ਇਹ 'ਚ ਓਇਲ ਪਾਵਾਂਗੇ, ਕਿਉਂਕਿ ਅਸੀਂ ਜਿਹ 'ਚ ਹੀ ਪਰਵਲ ਅਤੇ ਥੋੜ੍ਹਾ ਆਲੂ ਫਰਾਈ ਕਰਾਂਗੇ, ਠੀਕ ਹੈ। ਹੁਣ ਇਹਦਾ ਥੋੜ੍ਹਾ ਗਰਮ ਹੋ ਜਾਏਗਾ, ਫਿਰ ਅਸੀਂ ਪਾਵਾਂਗੇ ਇਹਦੇ ਵਿੱਚ। ਦੇਖੋ ਓਇਲ ਥੋੜ੍ਹਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਪਰਵਲ ਪਾਵਾਂਗੇ, ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਜੀ। ਹੁਣ ਆਲੂਆਂ 'ਚ ਵੀ ਥੋੜ੍ਹਾ ਜਿਹਾ ਅਸੀਂ ਨਮਕ ਮਾੜਾ ਜਿਹਾ ਪਾਵਾਂਗੇ, ਜ਼ਿਆਦਾ ਨਹੀਂ, ਠੀਕ ਹੈ, ਮਾੜੀ ਜੀ ਹਲਦੀ, ਔਰ ਇਹਨੂੰ ਮਿਕਸ ਕਰ ਦਾਂਗੇ, ਠੀਕ ਹੈ। ਸਾਡੇ ਪਰਵਲ ਫਰਾਈ ਹੋ ਰਹੇ ਨੇ ਫਸਟ ਕਲਾਸ, ਮਤਲਬ ਪੂਰੇ ਨਹੀਂ ਸੀ, ਇਹਨੂੰ ਕਰਨੇ ਚੰਗੀ ਤਰ੍ਹਾਂ ਫਰਾਈ, ਅੱਧ ਭੱਜਣ ਦੇ ਜੀ। ਹਲੇ ਆਲੂ ਵੀ ਮਿਕਸ ਹੋ ਗਏ, ਮਾੜਾ ਜਿਹਾ ਮੈਂ 'ਚ ਬੇਸਣ ਪਾਇਆ, ਜ਼ਿਆਦਾ ਨਹੀਂ। ਆਲੂ ਵੀ ਦੇਖੋ, ਸਾਡੇ ਪਰਵਲ ਵੀ ਫਰਾਈ ਹੋ ਰਹੇ ਨੇ, ਜੀ ਦੇਖੋ ਆਲਮੋਸਟ ਸਾਡੇ ਅੱਧ ਕੁ ਦੇ ਪੁੱਜ ਗਏ, ਇਹਨਾਂ ਨੂੰ ਅਸੀਂ ਕੱਢ ਲਵਾਂਗੇ ਬਾਹਰ, ਠੀਕ ਹੈ ਜੀ। ਲਓ ਜੀ ਦੇਖੋ, ਅਸੀਂ ਹੁਣ ਇਹਨਾਂ ਨੂੰ ਕੱਢ ਲਿਆ, ਅਤੇ ਹੁਣ ਪਾਵਾਂਗੇ ਜੀ ਆਲੂ, ਠੀਕ ਹੈ। ਹੁਣ ਆਲੂ ਇਸ ਤਰ੍ਹਾਂ ਹੀ ਮਿੰਜੀ ਫਰਾਈ ਕਰਾਂਗੇ ਆਲੂਆਂ ਨੂੰ ਵੀ, ਆਲੂਆਂ ਨੂੰ ਮੈਂ ਥੋੜ੍ਹਾ ਢੱਕ ਲਵਾਂਗੀ, ਠੀਕ ਹੈ, ਕਵਰ ਕਰ ਦਾਂਗੀ, ਮਤਲਬ ਦੇਖੋ ਆਲੂ ਨੂੰ ਮੈਂ ਥੋੜ੍ਹਾ ਕਵਰ ਕਰ ਲਿਆ ਵਾ, ਠੀਕ ਹੈ। ਲਓ ਜੀ ਦੇਖੋ, ਸਾਡੇ ਆਲੂ ਵੀ ਹੋ ਗਏ ਨੇ, ਇਹਨਾਂ ਨੂੰ ਵੀ ਅਸੀਂ ਉਤਾਰ ਲਾਂਗੇ ਪਲੇਟ ਵਿੱਚ। ਆ ਦੇਖੋ ਜੀ, ਅਸੀਂ ਆਲੂ ਵੀ ਕੱਢ ਲਿਆ, ਅਤੇ ਇਸ ਨਾਲ ਹੀ ਗਰਮ ਉਹੀ ਯੂਜ ਹੋ ਜਾਂਦਾ। ਅਸੀਂ ਇੱਥੇ ਹੁਣ ਪਾਵਾਂਗੇ ਜੀਰਾ, ਇੱਥੇ ਪਾਤਾ ਜੀਰਾ, ਮੈਂ ਥੋੜ੍ਹਾ ਬੰਦ ਕੀਤਾ ਸੀ, ਇਸ ਲਈ ਤਿਲਕ ਨਹੀਂ ਰਿਹਾ। ਇਸ ਤੋਂ ਬਾਅਦ ਅਸੀਂ ਪਾਵਾਂਗੇ ਪਿਆਜ਼, ਔਰ ਬਹੁਤ ਅੱਛੀ ਖੁਸ਼ਬੂ ਆ ਰਹੀ ਹੈ,
ਜਦੋਂ ਤਿਲਕ ਜਾਏਗਾ ਨਾ ਉਦੋਂ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼। ਤੁਹਾਨੂੰ ਹੁਣ ਤਿਲਕਣ ਦੀ ਆਵਾਜ਼ ਆ ਰਹੀ ਹੋਏਗੀ, ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼। ਠੀਕ ਹੈ, ਪਿਆਜ਼ ਅਤੇ ਕਰੀ ਪੱਤਾ ਪਾ ਕੇ ਅੱਛੀ ਤਰ੍ਹਾਂ ਨੂੰ ਭੁੰਨਾਂਗੇ। ਤੁਸੀਂ ਪਾਵਾਂਗੇ ਹੁਣ ਮੈਂ ਗਾਰਲਿਕ ਅਤੇ ਜਿੰਜਰ ਦਾ ਪੇਸਟ, ਕਿਉਂਕਿ ਇਹਦਾ ਸਵਾਦ ਆਪਣਾ ਹੀ ਟੇਸਟ ਹੋਏਗਾ ਸਾਡੀ ਸਬਜ਼ੀ ਵਿੱਚ। ਸਾਡੇ ਪਿਆਜ਼ ਆਲਮੋਸਟ ਭੁੱਜ ਗਏ ਨੇ, ਹੁਣ ਅਸੀਂ ਪਾਵਾਂਗੇ ਟਮਾਟਰ ਅਤੇ ਹਰੀ ਮਿਰਚ। ਲੋ ਜੀ, ਅਸੀਂ ਹੁਣ ਸੁੱਕਾ ਮਸਾਲਾ ਪਾਵਾਂਗੇ ਇਹਦੇ ਵਿੱਚ। ਨਮਕ ਅਸੀਂ ਉਸ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਔਲਰੇਡੀ ਵਿੱਚ ਪਾਇਆ ਹੋਇਆ ਹੈ ਜਿਹਦੇ ਵਿੱਚ ਕੀਤਾ ਨਾ ਫਰਾਈ। ਥੋੜ੍ਹੀ ਹਲਦੀ, ਧਨੀਆ ਪਾਊਡਰ, ਜੀਰਾ ਪਾਊਡਰ, ਥੋੜ੍ਹੀ ਜਿਹੀ ਕਾਲੀ ਮਿਰਚ, ਥੋੜ੍ਹੀ ਜਿਹੀ ਦੇਗੀ ਮਿਰਚ ਪਾਈਏ, ਮਾੜੀ ਜਿਹੀ ਲਾਲ ਮਿਰਚ। ਲਓ ਜੀ, ਦੇਖੋ ਸਾਡਾ ਮਸਾਲਾ ਕਿੰਨਾ ਅੱਛਾ ਭੁੱਜ ਗਿਆ ਹੈ। ਬਸ ਇੱਥੇ ਰੱਖਣਾ ਖੜਾ ਖੜਾ, ਅਤੇ ਇਹਦੇ 'ਚ ਅਸੀਂ ਪਾ ਦਾਂਗੇ ਜਿਹਦੇ ਅਸੀਂ ਫਰਾਈ ਕੀਤੇ ਹੋਏ ਸੀ, ਹੁਣ ਇਹਨਾਂ ਨੂੰ ਅੱਛੀ ਤਰ੍ਹਾਂ ਹੀ ਮਿਕਸ ਕਰ ਦਾਂਗੇ। ਆ ਦੇਖੋ ਜੀ, ਅਸੀਂ ਮਿਕਸ ਕਰਤਾ ਅੱਛੀ ਤਰ੍ਹਾਂ ਸਾਰਾ ਕੁਛ, ਹੁਣ 5 ਮਿੰਟ ਅਸੀਂ ਢੱਕ ਕੇ ਇਹਨੂੰ ਰੱਖਾਂਗੇ ਪਕਾ ਕਰਤਾ ਇਹਨੂੰ, ਅਤੇ ਲੋਸ 'ਤੇ ਹੀ ਹੁਣ ਇਹਨੂੰ 5 ਮਿੰਟ ਤੱਕ ਹੀ ਪਕਾਵਾਂਗੇ। ਆ ਦੇਖੋ ਜੀ, ਸਾਡੀ ਕਿੰਨੀ ਅੱਛੀ ਟੇਸਟੀ ਪਰਮਾ ਦੀ ਸਬਜ਼ੀ ਬਣ ਗਈ ਹੈ, ਸਬਜ਼ੀ ਬਣੀ ਹੈ। ਹੁਣ ਇਹਦੇ 'ਚ ਅਸੀਂ ਥੋੜ੍ਹਾ ਜਿਹਾ ਪਾਵਾਂਗੇ ਜੀ ਅਮਚੂਰ, ਇਹਨਾਂ ਕਿਆ ਟੇਸਟ ਆਏਗਾ। ਲਓ ਜੀ, ਦੇਖੋ ਸਾਡੀ ਪਰਮਲ ਦੀ ਸਬਜ਼ੀ ਤਿਆਰ ਹੋ ਗਈ, ਇੰਨੀ ਟੇਸਟੀ ਬਣੀ ਹੈ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹਨੂੰ ਪਰਾਂਠਿਆਂ ਨਾਲ, ਚਪਾਤੀ ਨਾਲ, ਜਿਵੇਂ ਕਿ ਚਾਵਲਾਂ ਨਾਲ ਵੀ ਖਾ ਸਕਦੇ ਹਾਂ, ਅਤੇ ਮੈਂ ਚਾਹੁੰਦੀ ਕਿ ਤੁਸੀਂ ਇਹਨੂੰ ਜ਼ਰੂਰ ਬਣਾਓ ਅਤੇ ਮੈਨੂੰ ਕਮੈਂਟ ਕਰਕੇ ਵੀ ਦੱਸੋ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਵੀਡੀਓ। ਅਤੇ ਅਸੀਂ ਜਿਹੜਾ ਦੇਖੋ ਸੋਚਿਆ ਨਹੀਂ ਸੀ ਕਿ ਇਹ ਬਣ ਜਾਏਗਾ, ਫਸਟ ਟਾਈਮ ਇਹ ਬਣਾਈ ਹੈ ਸਬਜ਼ੀ। ਮੈਨੂੰ ਲੱਗਦਾ ਕਿ ਇਹ ਸਾਨੂੰ ਹੁਣ ਅੱਜ ਤਾਂ ਸਾਰੇ ਜਣੇ 3-4 ਰੋਟੀਆਂ ਬਾਅਦ ਖਾ ਹੀ ਲੈਣਗੇ। ਅਤੇ ਪਲੀਜ਼ ਸਬਸਕ੍ਰਾਈਬ ਕਰ ਦੇਣਾ, ਲਾਈਕ ਕਰ ਦੇਣਾ, ਕਿਉਂਕਿ ਮੇਰਾ ਚੈਨਲ ਮੋਨੇਟਾਈਜ਼ਿੰਗ ਹੋ ਜਾਏ। ਪਲੀਜ਼, ਮੇਰੇ ਚੈਨਲਸ ਦੇ ਜਿਹੜੇ ਵਿਊ ਹੈ, ਸਬਸਕ੍ਰਾਈਬਰ ਬਹੁਤ ਘੱਟ ਨੇ। ਥੈਂਕ ਯੂ ਸੋ ਮਚ।